ਸੈਂਟਰ ਦੇ ਵਿਧਾਇਕ ਮਾਨਜੀਤ ਸਿੰਘ ਜੋਸ਼ੀ ਪੱਤੀ ਸੀ ਜਾਏ ਔਰ ਤੀਜੇ ਤੌਰ ਦੇ ਉੱਪਰ ਕੀ ਆ ਕਿ ਜਿੱਥੇ ਉਹਨਾਂ ਨੇ ਲੋਕਾਂ ਦੀਆਂ ਮੁਸ਼ਕਲਾਵਾਂ ਸੁਣੀਆਂ ਔਰ ਇਲਾਕੇ ਦੇ ਵਿਕਾਸ ਦੇ ਬਾਰੇ ਲੋਕਾਂ ਨਾਲ ਚਰਚਾ ਕੀਤੀ ਹੈ ਅਸੀਂ ਦੂਜੀ ਮੀਟਿੰਗ ਅੱਜ ਅਸੀਂ ਕਰਦੇ ਹਾਂ ਕਿਉਂਕਿ ਇਹ ਸਾਡੇ ਕੋਲ ਵਿਧਾਇਕ ਆ ਆਮ ਆਦਮੀ ਪਾਰਟੀ ਦੇ ਜਿਹੜੇ ਇਸ ਏਰੀਏ ਦੇ ਵਿੱਚੋਂ ਉਹ ਲੋਕਾਂ ਦੀਆਂ ਸਮੱਸਿਆ ਸੁਣਨ ਨੂੰ ਤਤਪਰ ਰਹਿੰਦੇ ਨੇ ਸੋ ਲੋਕਾਂ ਦੀ ਮੰਗ ਸੀ ਕਾਫੀ ਲੰਬੇ ਸਮੇਂ ਤੋਂ ਇਸ ਏਰੀਏ 'ਚ ਆ ਕੇ ਕਿਉਂਕਿ ਪਿਛਲੀਆਂ ਜੋ ਸਰਕਾਰਾਂ ਸੀ ਜਾਂ ਪਿਛਲੇ ਵਿਧਾਇਕ ਕਦੇ ਵੀ ਜਦੋਂ ਵੋਟਾਂ ਦੇ ਵਿੱਚ ਚੋਣ ਜਿੱਤ ਜਾਂਦੇ ਸੀ ਉਸ ਤੋਂ ਬਾਅਦ ਕਿਸੇ ਏਰੀਏ ਸਾਰ ਵਿੱਚ ਹੀ ਰਹਿੰਦੇ ਲੇਕਿਨ ਸਾਡੀ ਆਮ ਆਦਮੀ ਪਾਰਟੀ ਸਰਕਾਰ ਦੇ ਜਿੰਨੇ ਵੀ ਵਿਧਾਇਕ ਆਪਾਂ ਉਹਨਾਂ ਨੂੰ ਕਹਿੰਦੇ ਨੇ ਉਹ ਲੋਕਾਂ ਦੀਆਂ ਸਮੱਸਿਆ ਗਰਾਊਂਡ ਲੈਵਲ 'ਤੇ ਸੁਣਦੇ ਨੇ ਔਰ ਸਮੱਸਿਆ ਦਾ ਹੱਲ ਜਿੱਥੋਂ ਤੱਕ ਇਸ ਏਰੀਏ ਦਾ ਸੰਬੰਧ ਹੈਗਾ ਇਹ ਏਰੀਆ ਤਕਰੀਬਨ 50 ਸਾਲ ਪਹਿਲਾਂ ਪਾਈਪਾਂ ਪਈਆਂ ਸੀ ਸੋ ਉਸ ਵੇਲੇ ਆਬਾਦੀ ਦੇ ਹਿਸਾਬ ਦੇ ਨਾਲ ਇਹ ਪਾਈਪਾਂ ਜਿਹੜੀਆਂ ਸੀ ਉਹ ਠੀਕ ਸਨ ਲੇਕਿਨ ਹੁਣ ਆਬਾਦੀ ਜਿਹੜੀ 10 ਗੁਣਾ ਵੱਧ ਹੋ ਚੁੱਕੀ ਹੈ 5 ਲੱਖ ਤੋਂ 50 ਲੱਖ ਆਬਾਦੀ ਹੋ ਚੁੱਕੀ ਹੈ ਅਤੇ ਉਹ ਪਾਈਪਾਂ ਦੇ ਪ੍ਰੈਸ਼ਰ ਰਹਿੰਦਾ ਉਹ ਸੀਵਰੇਜ ਜਾਮ ਦੀ ਅਕਸਰ ਹੀ ਸਮੱਸਿਆ ਫਿਰ ਅਸੀਂ ਇਹ ਚੀਜ਼ਾਂ MLA ਸਾਹਿਬ ਦੇ ਨੌਲੇਜ 'ਚ ਲਿਆਉਂਦੀਆਂ ਸੀ ਸੋ ਉਹਨਾਂ ਨੇ ਅੱਜ ਵਿਸ਼ਵਾਸ ਚਲਾਇਆ ਸਾਰੀ ਜਨਤਾ ਨੂੰ ਸਾਰੇ ਇਲਾਕੇ ਦੇ ਲੋਕਾਂ ਨੂੰ ਵੀ ਇਹ ਜਿਹੜੀਆਂ ਪਾਈਪਾਂ ਨੂੰ ਤੁਰੰਤ ਪ੍ਰਭਾਵੀ ਤੌਰ 'ਤੇ ਅਸੀਂ ਬਦਲਾਵਾਂਗੇ ਵੱਡੀਆਂ ਪਾਈਪਾਂ ਪਾ ਕੇ ਨਵੀਆਂ ਸੜਕਾਂ ਦੀ ਉਸਾਰੀ ਕਰਾਂਗੇ ਤਾਂ ਕਿ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮਿਲ ਸਕਣ ਔਰ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਵਾਂ ਤੋਂ ਨਿਜਾਤ ਮਿਲ ਸਕੇ।